ਘਿਨਦੇ ਜੇ ਕੁਛ ਆਉਂਦੇ ਲਾਹਾ ਦਿੰਦੇ ਉਹ ਜ਼ਰਦਾਰੀ ਸਾਹਿਬ ਦੇਖੋ ਜ਼ਰਦਾਰੀ ਸਾਹਿਬ ਨੇ ਆਪਣੇ ਸਾਰੇ ਅਖਤਿਆਰਾਤ ਵਾਪਸ ਕਰ ਦਿੱਤੇ ਇਹਦੇ ਤੁਹਾਡਾ ਕਿਹੜਾ ਹੱਥ ਹੈ ਦੱਸੋ ਜ਼ਾਹਿਰ ਲੇਕਿਨ ਕਿਹੜੇ ਲੋਕ ਔਰ ਬਿੱਲ ਸਾਹਮਣੇ ਆਏ ਉਹਦੇ ਵਿੱਚ ਸਰਦਾਰੀ ਸਾਹਿਬ ਦਾ ਆਪਣਾ ਪੁਆਇੰਟ ਆਫ ਵਿਊ ਹੋਈ ਅਮਰੀਕਾ ਦਾ ਆਪਣਾ ਪੁਆਇੰਟ ਆਫ ਵਿਊ ਹੋਈ ਔਰ ਹੀ ਵਕਤ ਉਹ ਇਮਦਾਦ ਦੇਣ ਕਿਤੇ ਤਿਆਰ ਸੀ ਚੁੱਕੇ ਲੇਕਿਨ ਉਹਨੇ ਆ ਕੇ ਸਭ ਕੋ ਇਹ ਮਯੂਸਿਤ ਹੈ ਇਹ ਪਾਕਿਸਤਾਨੀ ਆਵਾਮ ਦੇ ਰਵੀਏ ਨਾਲ ਤੁਹਾਡੇ ਰਵੀਏ ਦੀ ਵਜ੍ਹਾ ਤੋਂ ਸਭ ਕੋ ਇਮਦਾਦ ਮਿਲਣਾ ਹੀ ਬੰਦ ਹੈਗੀ ਸਾਡੇ ਰਵੀਏ ਦੇ ਮੁਤਾਬਿਕ ਆਵਾਮ ਦੇ ਰਵੀਏ ਦੀ ਵਜ੍ਹਾ ਕੋਲ ਯਾਨੀ ਅਗਰ ਆਵਾਮ ਗੈਰਤ ਹੋਵੇ ਆਵਾਮ ਦੇ ਵਿੱਚ ਹੈ ਉਹ ਤਾਂ ਕੋ ਆਖਣ ਕਿ ਬਲਾਲਾ ਜੀ ਇਹ ਮੰਗਿਆ ਨਾ ਕੀਤਾ ਕਰੋ ਸਾਡੀ ਬੇਇੱਜ਼ਤੀ ਹੁੰਦੀ ਹੈ ਤੇ ਇਹ ਬਹਿੜੀ ਗੱਲ ਹੈ ਕਿ ਮੰਗਣ ਛੋੜ ਵੈਸੇ ਨਾ ਉਹ ਤਾਂ ਕਹਿਣਾ ਛੋੜਦੇ ਸੀ ਉਹਨਾਂ ਦਾ ਤਾਂ ਜੱਦੀ ਪੁਸ਼ਤੀ ਕੰਮ ਹੈ ਤੁਸੀਂ ਇਹ ਦੇਖੋ ਕਿ ਆਵਾਮ ਦੇ ਵਿੱਚ ਕੋਈ ਐਸਾ ਬੰਦਾ ਸਿਆਸਤ 'ਤੇ ਆਇਆ ਹੋਵੇ ਜਿਹੜਾ ਗਰੀਬ ਘਰ ਦਾ ਹੋਵੇ ਉਹ ਮਿਹਨਤ ਕੀਤੀ ਹੋਵੇ ਉਹ ਨਾਰਾ ਲਾਇਆ ਹੋਵੇ ਕਿ ਲਾਲਾ ਜੀ ਮੈਂ ਇਹ ਮੁਲਕ ਤੋਂ ਇਨ ਸਾਜ਼ਿਸ਼ਾਂ ਔਰ ਪਰੇਸ਼ਾਨੀਆਂ ਤੋਂ ਦੂਰ ਕਰੇ ਸਾਂ ਉਹ ਅਸੈਂਬਲੀ 'ਚ ਆਇਆ ਹੋਵੇ ਵੱਲ ਉਹਨੇ ਨੁਮਾਇੰਦਗੀ ਕੀਤੀ ਹੋਵੇ ਨਾ 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 ਇਹ ਲਾਲਾ ਖਾਨਦਾਨੀ ਆਉਂਦੇ ਨੇ ਇਹ ਖਾਨਦਾਨ ਦੇ ਖਾਨਦਾਨ ਜਿਹੜੇ ਕੋਈ 35-40 ਵੱਡੇ ਖਾਨਦਾਨ ਹਨ ਪਾਕਿਸਤਾਨ ਬਣਨ ਤੋਂ ਲੈ ਕੇ ਹੁਣ ਤੱਕ ਉਹੋ ਹੀ ਲੋਕ ਸਿਆਸਤਦਾਨ ਸਰਮਾਇਆਦਾਰ ਜਾਗੀਰਦਾਰ ਉਹੋ ਦੇ ਉਹ ਸਿਆਸਤ 'ਚ ਆਉਂਦੇ ਪੈਣ ਕਦੇ ਕਦੇ ਇਹ ਹੋ ਜਾਂਦੇ ਹਾਲਾਤ ਕਿ ਜਿਹੜੇ ਵੇਲੇ ਆਵਾਮ ਦਾ ਰਵੱਈਆ ਸਖਤ ਹੋ ਪੈਂਦੇ ਵੱਲ ਇਹ ਬੰਦਾ ਬਦਲ ਦਿੰਦੇ ਨੇ ਬੰਦਾ ਪਹਿਲੇ ਤੂੰ ਇਹ ਮਾਰ ਕਰਿੰਦੇ ਨੇ ਉਹਦੀ ਫਿਰ ਇਸ ਇਹ ਪਰਵਰਿਸ਼ ਕਰਿੰਦੇ ਨੇ ਊਂ ਕੁਛ ਸਿਖੇਂਦੇ ਨੇ ਪੜ੍ਹੇਂਦੇ ਨੇ ਤਰਬੀਅਤ ਦਿੰਦੇ ਨੇ ਵੱਲ ਊਂ ਕੁ ਗਿਣਦੇ ਨੇ ਆਵਾਮ ਦਾ ਗੁੱਸਾ ਠੱਡਾ ਥੀ ਪੈਂਦੇ ਉਹ ਬੰਦਾ ਸਾਹਮਣੇ ਆ ਪੈਂਦਾ ਲੇਕਿਨ ਉਹਦੇ ਪਿੱਛੋਂ ਤਲਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਹੋਰ ਆਉਂਦੀਆਂ ਉਹ ਇਹੋ ਲੋਕ ਆਉਂਦੇ ਨੇ ਲੇਕਿਨ ਇਹਦੇ ਵਿੱਚ ਇੱਕ ਗੱਲ ਤੁਸੀਂ ਮੇਰੇ ਕੋਲ ਦੱਸੋ ਕਿ ਸਾਡੇ ਜਿਤਨੇ ਸਿਆਸਤਦਾਨ ਉਹਨੇ ਸਾਰਿਆਂ ਦੀ ਜਿਹੜੀ ਨੈਸ਼ਨੈਲਿਟੀ ਹੈ ਉਹ ਦੋਹਰੀ ਆਉਂਦੀ ਹੈ ਜੀ ਇੱਥੋਂ ਵੀ ਨੈਸ਼ਨੈਲਿਟੀ ਜ਼ਬਾਨ ਵੀ ਦੋਹਰੀ ਹੁੰਦੀ ਨੈਸ਼ਨੈਲਿਟੀ ਵੀ ਇੱਥੋਂ ਦੇ ਵੀ ਨੈਸ਼ਨੈਲਿਟੀ ਹੋਲਡਰ ਜ਼ਾਤ ਵੀ ਮੇਰੀ ਪੂਰੀ ਗੱਲ ਸੁਣ ਤੁਸਾਂ ਮੇਰੇ ਖਿਆਲ ਹੈ ਤੁਸੀਂ ਗੱਲ ਸਮਝਦੇ ਨਹੀਂ ਪਏ ਮੈਂ ਤੁਹਾਡੀ ਗੱਲ ਸਮਝਦਾ ਵੀ ਹਾਂ ਤਾਂ ਸਮਝਦਾ ਵੀ ਇਹਨਾਂ ਦੀ ਜ਼ਾਤ ਵੀ ਦੋਹਰੀ ਹੁੰਦੀ ਹੈ ਇਹਨਾਂ ਦੀ ਜ਼ੁਬਾਨ ਵੀ ਦੋਹਰੀ ਹੁੰਦੀ ਹੈ ਇਹਨਾਂ ਦੀ ਨੈਸ਼ਨੈਲਿਟੀ ਵੀ ਦੋਹਰੀ ਹੁੰਦੀ ਹੈ ਇਹਨਾਂ ਦੀ ਸ਼ਾਦੀ ਵੀ ਦੋਹਰੀ ਹੁੰਦੀ ਹੈ ਇਹਨਾਂ ਦੇ ਬਾਲ ਵੀ ਉੱਥਾਂ ਪੜਦੇ ਨੇ ਇਹਨਾਂ ਦੇ ਬਾਲ ਵੀ ਦੋਹਰੇ ਹੁੰਦੇ ਨੇ ਇਹਨਾਂ ਦੇ ਮਕਾਨ ਵੀ ਦੋਹਰੇ ਹੁੰਦੇ ਨੇ ਮੌਜਦੀਨ ਮੇਰੇ ਖਿਆਲ ਚ ਤੁਸਾਂ ਪਤਾ ਨਹੀਂ ਇਹਨਾਂ ਦੇ ਫਾਰਮ ਹਾਊਸ ਵੀ ਦੋਹਰੇ ਹੁੰਦੇ ਨੇ ਕੀ ਮਤਲਬ ਜੀ ਫਾਰਮ ਹਾਊਸ ਕਿਵੇਂ ਦੋਹਰੇ ਹੁੰਦੇ ਨੇ ਇੱਕ ਜਨਾਨੀ ਉੱਥਾਂ ਹੈ ਕਿੱਥਾਂ ਬਾਲ ਬਾਲ ਇੱਕ ਉੱਥਾਂ ਹੈ ਕਿੱਥਾਂ ਕੰਮ ਕੰਮ ਵੀ ਇੱਕ ਉੱਥਾਂ ਹੈ ਕਿੱਥਾਂ ਅਕਾਊਂਟ ਵੀ ਉੱਥਾਂ ਹੈ ਕਿੱਥਾਂ ਇੱਕ ਅਕਾਊਂਟ ਹੁੰਦੇ ਜੀ ਬਹੁਤ ਸਾਰੇ ਹੁੰਦੇ ਬਹੁਤ ਸਾਰੇ ਉੱਥਾਂ ਵੀ ਆਉਂਦੇ ਨੇ ਇੱਥਾਂ ਵੀ ਆਉਂਦੇ ਅੱਛਾ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਇਤਨੀ ਜ਼ਿਆਦਾ ਇਹਨਾਂ ਦੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਵੀ ਹੈ ਰਿਸ਼ਤੇਦਾਰੀਆਂ ਵੀ ਹਨ ਮੱਝਾਂ ਮੱਝਾਂ ਦੀਆਂ ਵਿਹਣੀਆਂ ਹੁੰਦੀਆਂ ਉਹਦੇ ਬਾਵਜੂਦ ਮੁਲਕ ਦੇ ਮਫਾਦ ਕਿਤੇ ਕਿਉਂ ਨਹੀਂ ਕੁਛ ਅਗੇਨ ਕਿਹੜਾ ਮੁਲਕ ਜਾਈਓ ਪਿੰਦੇ ਤੇ ਬੈਠੇ ਮੁਲਕ ਸਿਆਸਤਦਾਨਾਂ ਦਾ ਹੈ ਮੁਲਕ ਤਾਂ ਆਵਾਮ ਦਾ ਹੈ ਆਵਾਮ ਦੇ ਆਵਾਮ ਕੋ ਇਹਦੀ ਟੈਨਸ਼ਨ ਹੈ ਲਾਲਾ ਜੀ ਇਹਨਾਂ ਕੋ ਕਹਿ ਨਹੀਂ ਟੈਨਸ਼ਨ ਮੇਰੀ ਗੱਲ ਸੁਣ ਆਪ ਆਪ ਤੇ ਲਾਲਾ ਜਤੋ ਆਪ ਤਾਂ ਇਹਨਾਂ ਦੀ ਨੈਸ਼ਨਲ ਰੀਡੋਰੀ ਇਹਨਾਂ ਕੋ ਪਤਾ ਹੁੰਦਾ ਕਿ ਖੁਦਾ ਨਾ ਖਾਸਤਾ ਇਥੋਂ ਕੋ ਪਰੇਸ਼ਾਨੀ ਅਸਾਂ ਭਜ ਵੇਸੋ ਇਹ ਵਕਤ ਜਿਹੜੀ ਸੂਰਤ ਹਾਲ ਹੈ ਸਦਰ ਸਾਹਿਬ ਬਾਰ ਬਾਰ ਇੱਕ ਆਦਨ ਕਿ ਸਾਕੂ ਐਡ ਨਹੀਂ ਟਰੇਡ ਚਾਹੀਦੀ ਹੈ ਉਹਦੇ ਬਾਵਜੂਦ ਅਮਰੀਕਾ ਨੇ ਪਾਕਿਸਤਾਨ ਦੀ ਜਿਹੜੀ ਮਸਨੂਆਤ ਹੈ ਟੈਕਸਟਾਈਲ ਦੀਆਂ ਬਾਕੀ ਉਹਦੇ ਉੱਤੇ ਟੈਕਸ ਲਾ ਦਿੱਤੇ ਇਹਦੇ ਮੁਕਾਬਲੇ ਦੇਖੋ ਨਾ ਇੰਡੀਆ ਦੇ ਮਸਨੂਆਤ ਦੇ ਟੈਕਸ ਹਨ ਨਾ ਬੰਗਲਾਦੇਸ਼ ਦੇ ਮਸਨੂਆਤ ਦੇ ਟੈਕਸ ਹਨ ਨਾ ਦੁਨੀਆਂ ਦੇ ਬੇਜ ਤੇ ਟੈਕਸ ਪਾਕਿਸਤਾਨ ਦੇ ਖਿਲਾਫ ਟੈਕਸ ਕਿਉਂ ਆਖਰ ਇਹ ਵਾਸਤੇ ਕਿ ਇਹ ਤਰੱਕੀ ਨਾ ਕਰੇ ਇਹਦੀ ਜਿਹੜੀ ਟੈਕਸਟਾਈਲ ਹੈ ਉਹ ਉੱਥੋਂ ਨਾ ਵੰਜੇ ਇਸ ਮੁਲਕ ਨੂੰ ਪ੍ਰਾਫਿਟ ਨਾ ਹੋਵੇ ਤੁਸੀਂ ਇਹਦੇ ਪਏ ਹੋ ਕਿ ਇਹ ਬਿਜਲੀ ਦੇ ਬਹਿਰਾਨ ਦੇ ਵਿੱਚ ਸਾਡੇ ਕਿਤਨੀਆਂ ਟੈਕਸਟਾਈਲਾਂ ਮਿਲਣ ਖਾਮੋਸ਼ ਹਨ ਇਹਦਾ ਮਤਲਬ ਤੁਸੀਂ ਵੀ ਖਾਮ ਖਾ ਦਾਅਵੇ ਕਹਿੰਦੇ ਮੇਰੀ ਬੜੀ ਜਾ ਰਹੀ ਹੈ ਅਮਰੀਕਾ ਦੇ ਵਿੱਚ ਓਬਾਮਾ ਹੁਸਨ ਨਾਲ ਓਬਾਮਾ ਸਾਰਿਆਂ ਦਾ ਮਾਮਾ ਓਬਾਮਾ ਕੌਣ ਹੈ ਕਿੱਥੋਂ ਹੈ ਇਹਦਾ ਕੋਈ ਪਤਾ ਨਹੀਂ ਲੱਗਦਾ ਕਿੱਥੋਂ ਆਇਆ ਲਾਲਾ ਓਬਾਮਾ ਹੁਸੈਨ ਤੁਸੀਂ ਦੇਖੋ ਕਿ ਉਹਦੇ ਨਾਂ ਤੋਂ ਤੁਹਾਨੂੰ ਕੋਈ ਲੱਗ ਸੀ ਵੀ ਮੁਸਲਮਾਨ ਜਿਹੜੇ ਵੇਲੇ ਉਹਦੀ ਹਰਕਤ ਤੋਂ ਸਕਨਾਤ ਤੁਸੀਂ ਦੇਖ ਸੋ ਤਾਂ ਲੱਗ ਸਿਨ ਸਾਜ਼ਿਸ਼ੀ ਇਹ ਵੀ ਇੱਕ ਚਲਾਕੀ ਹੈ ਲਾਲਾ ਜੀ ਤੁਸੀਂ ਦੇਖੋ ਜਿਹੜੇ ਵੇਲੇ ਸਾਡੀ ਆਵਾਮ ਇਹਨਾਂ ਕੋ ਸਮਝ ਵੈਂਦੀ ਹੈ ਇਹਨਾਂ ਦੇ ਲੀਡਰ ਕੋ ਸਮਝ ਵੈਂਦੀ ਹੈ ਉਹਨਾਂ ਦੀਆਂ ਚਾਲਾਂ ਕੋ ਸਾਜ਼ਿਸ਼ਾਂ ਕੋ ਸਮਝ ਵੈਂਦੀ ਹੈ ਵਾਲੇ ਉਹੋ ਜਿਹਾ ਬੰਦਾ ਗਿਣਾਉਂਦੇ ਨੇ ਜਿਹਦਾ ਪੱਤਾ ਕੋ ਨਾ ਲੱਗੇ ਵੀ ਇਹ ਕਿਆ ਹੈ ਇਵੇਂ ਮੁਸਲਮਾਨ ਸਮਝਣ ਕਿ ਸਾਡਾ ਬੰਦਾ ਆਉਂਦਾ ਪੀਏ ਜਿਹੜੇ ਵੇਲੇ ਉਹ ਸਾਹਮਣੇ ਆਵੇਂਦੇ ਵੱਲ ਉਹਨਾਂ ਦਾ ਬੰਦਾ ਆਉਂਦਾ ਦੇਖੋ ਹੈਲਰੀ ਕਲਿੰਟਨ ਤੁਹਾਡੀ ਭਾਬੀ ਹੈ ਹੈਲਰੀ ਕਲਿੰਟਨ ਨੂੰ ਤੁਹਾਡੀ ਗੱਲ ਮੁਹਾਰ ਥਿੰਦੇ ਹੈਲਰੀ ਕਲਿੰਟਨ ਦਾ ਸਹੀ ਨਾਂ ਤੁਸੀਂ ਕਿਹਦਾ ਹੀ ਨਹੀਂ ਗਿੰਦੇ ਕੀ ਨਾਂ ਹੁੰਦਾ ਉਹਦਾ ਨਾਂ ਹੈ ਹੈਲਰੀ ਕਲਿੰਟਨ ਇਹ ਨਾਂ ਕਿੱਥੋਂ ਆਏ ਜਿਹੜਾ ਸਹੀ ਹੁੰਦਾ ਨਾਂ ਸਾਰੇ ਇੰਗਲਿਸ਼ ਨਾਂ ਹੈ ਤੁਹਾਨੂੰ ਪਤਾ ਹੈ ਕੋਈ ਨਹੀਂ ਔਰ ਟੋਨ ਆਉਂਦੀ ਹੈ ਹੈਲਰੀ ਕਲਿੰਟਨ ਵੀ ਫੇਵਰ ਕਹਿੰਦੀ ਪਈ ਇੰਡੀਆ ਦੀ ਸਾਡੀ ਫੇਵਰ ਨਹੀਂ ਕਹਿੰਦੀ ਪਈ ਕਿਆ ਫਾਇਦਾ ਤੁਹਾਡੇ ਉੱਥੋਂ ਦੇ ਤਾਲੁਕਾਤ ਦਾ ਰਿਸ਼ਤੇਦਾਰ ਹੈ ਤੁਹਾਡੀ ਭਾਬੀ ਹੈ ਕਹਿੰਦੀ ਭਾਬੀ ਤੁਹਾਡੀ ਸਾਡੀ ਤਾਂ ਭਾਬੀ ਇਹ ਗੱਲੋਂ ਹੈ ਕਿ ਉਹ ਸਾਹ ਕੁ ਸਾ ਕਰਜ਼ੇ ਜਿਹੜੀ ਹੈ ਉਹ ਸਹਿਨ ਕਰਵਾਉਂਦੀ ਹੈ ਇਹ ਵਾਸਤੇ ਭਾਬੀ ਆਦਿ ਨੂੰ
इंडिया।